ਕਾਦਾ ਮੈਨੂੰ ਇਸ਼ਕ ਤੇਰੇ ਨਾਲ ਹੋਇਆ ਨੀ ਹਰ ਪਲ ਰਹਾ ਤੇਰੇ ਖਿਆਲਾਂ ਵਿੱਚ ਖੋਇਆ ਨੀ ਕਾਦਾ ਮੈਨੂੰ ਇਸ਼ਕ ਤੇਰੇ ਨਾਲ ਹੋਇਆ ਨੀ ਹਰ ਪਲ ਰਹਾ ਤੇਰੇ ਖਿਆਲਾਂ ਵਿੱਚ ਖੋਇਆ ਨੀ ਸੁਧ ਬੁੱਧ ਭੁੱਲ ਗਿਆ ਇਸ ਹੱਦ ਤੱਕ ਮੈਂ ਹੋ ਪਤਾ ਵੀ ਨਾ ਲੱਗ ਦਾਏ ਧੁੱਪ ਹੈ ਕਿ ਛਾਂ ਰਾਤੀ ਅਸਮਾਨ ਵਿੱਚ ਤਾਰਿਆਂ ਨੂੰ ਜੋੜ ਜੋੜ ਹੈ ਲਿਖਦਾ ਰਹਾਂ ਮੈਂ ਬਸ ਤੇਰਾ ਮੇਰਾ ਨਾਮ ਰਾਤੀ ਅਸਮਾਨ ਵਿੱਚ ਤਾਰਿਆਂ ਨੂੰ ਜੋੜ ਜੋੜ ਲਿਖਦਾ ਰਹਾਂ ਮੈਂ ਬਸ ਤੇਰਾ ਅਸਮਾਨ ਵਿੱਚ ਤਾਰਿਆਂ ਜੋੜ ਜੋੜ ਲਿਖਦਾ ਹਰਵਿੰਦਰ ਹੈਰੀ ਜੀ ਤੁਸੀਂ ਵੋਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਸੀਗੇ ਜੀ ਬਿਲਕੁਲ ਬਹੁਤ ਢੇਰ ਸਾਰਾ ਪਿਆਰ ਤੁਹਾਨੂੰ ਮਿਲਿਆ ਪੂਰੀ ਦੁਨੀਆ ਦੇ ਜੀ ਤੁਹਾਡੀ ਗਾਇਕੀ ਕਰਕੇ ਤੁਹਾਡੀ ਪਰਫਾਰਮੈਂਸ ਕਰਕੇ ਪਰ ਅੱਜ ਤੁਸੀਂ ਇੱਥੇ ਛੋਟਾ ਚੈਮ ਦੇ ਵਿੱਚ ਆਏ ਹੋ ਛੋਟੇ ਛੋਟੇ ਬੱਚੇ ਇੱਥੇ ਨੇ ਵੋਇਸ ਆਫ ਪੰਜਾਬ ਛੋਟਾ ਚੈਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਉਹ ਯਾਦ ਇੱਕ ਵਾਰ ਫਿਰ ਜੁੜ ਗਈ ਬਿਲਕੁਲ ਜੀ ਅਸੀਂ ਗੱਲ ਕੀਤੀ ਸੀ ਤੁਹਾਡੀ ਪਰਫਾਰਮੈਂਸ ਤੋਂ ਪਹਿਲਾਂ ਕਿ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਆ ਰਹੇ ਨੇ ਹਰਵਿੰਦਰ ਹੈਰੀ ਸੋ ਯਾਦਾਂ ਹੁਣ ਤਾਜ਼ਾ ਹੋ ਗਈਆਂ ਨੇ ਪਰ ਇਹ ਦੱਸੋ ਕਿ ਤੁਹਾਡੀ ਗਾਇਕੀ ਦੇ ਵਿੱਚ ਜਾਂ ਤੁਹਾਡੀ ਲਾਈਫ ਦੇ ਵਿੱਚ ਵੋਇਸ ਆਫ ਪੰਜਾਬ ਸੀਜ਼ਨ 1 ਤੋਂ ਬਾਅਦ ਕੀ ਫਰਕ ਆਇਆ ਕੀ ਚੇਂਜਿਸ ਆਏ ਉਸ ਟਾਈਮ ਸੋਚ ਹੋਰ ਸੀ ਅੱਜ ਕੁਛ ਹੋਰ ਹੈ ਅੱਜ ਇੱਥੋਂ ਜੋ ਵੀ ਕੁਛ ਸਿੱਖਿਆ ਇਸ ਮੰਚ ਤੋਂ ਅਤੇ ਅੱਗੇ ਜਾ ਕੇ ਮਤਲਬ ਬਹੁਤ ਵਧੀਆ ਲੱਗ ਰਿਹਾ ਉਹ ਸਿੱਖਿਆ ਤਾਂ ਹੋਇਆ ਹੁਣ ਤੱਕ ਸਿੱਖਿਆ ਮਤਲਬ ਉਹ ਪੁਰਾਣਾ ਸਿੱਖਿਆ ਹੋਇਆ ਅੱਜ ਤੱਕ ਕੰਮ ਆ ਰਿਹਾ ਕੀ ਬਾਤ ਹੈ ਮਿਹਨਤ ਕਰਦੇ ਰਹਾਂਗੇ ਜੀ ਅੱਗੇ ਵੀ ਬਿਲਕੁਲ ਜੀ ਸੋ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਕਿਉਂਕਿ ਤੁਸੀਂ ਐਕਸਪੀਰੀਅੰਸਡ ਹੋ ਤੁਸੀਂ ਇਹਨਾਂ ਦਾ ਬਹੁਤ ਸੀਨੀਅਰ ਹੋ ਅਤੇ ਬੱਚੇ ਇੱਥੋਂ ਤੁਹਾਡੇ ਤੋਂ ਸਿੱਖ ਕੇ ਲੈ ਕੇ ਜਾਣਗੇ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ
मेरे छोटे भराए ने, मैं कहूँगा, मैं सारा अपने वालों बेस्ट ऑफ लक कहूँगा कि जिन्ना भी गाँव बस तुन के गाना है। साढ़े गुरु जी सारे कहते होंगे तो सचन भाजी हो रहे भी गा दो तो शाह जाओ बस उ मतलब हैरी हैरी एक्चुअली हैरी ने जदों भी गाया जिथे भी गाए उ छा गया अज भी छा गया यार बहुत बहुत सुरीला मतलब कि शब्दों से तेरी तारीफ करिए बंदा शुरू तो ही सुरीला रब ने इन सुर बख्शिया और इन्हें उस चीज़ को बरकरार रखे मेहनत की और होर ज़्यादा तरक्की की परमात्मा तेन चढ़ती कला च रखे और थैंक यू अज इतने आने लू इन्ना वधिया गाना सुनाने लिये थैंक यू जी मैंने बहुत वधिया लगे तो सारे मिल के गॉड ब्लेस यू थैंक यू सर थैंक यू सो मच हरविंदर हैरी थैंक यू जी मेरे वालों एक बार फिर सारे का थैंक्स असं यही दुआ करांगे कि तुसी इसे तरह पंजाबी संगीत की सेवा करते रहो बहुत बहुत मेहरबानी जी थैंक यू थैंक यू बेस्ट ऑफ लक सर।